शाह मुहम्मद कहना शाह मुहम्मद होना उही हो सी जो चाहता खालसा पंथ मियाँ। वापस जाने का सवाल ही नहीं हले पैदा होंगे जिन्ना चिर इन्हू लोग सभा राज सभा च लिजा के बिल्कुल इन्हू खारज नहीं कर दिता जाता। ਕਿਸਾਨਾਂ ਨੂੰ ਸਮਝਾ ਨਹੀਂ ਪਾਏ ਤੇ ਕੁਝ ਸਿਰਫ ਇੱਕ ਛੋਟਾ ਵਰਗ ਆ ਕਿਸਾਨਾਂ ਦਾ ਜਿਹੜਾ ਸਮਝਿਆ ਨਹੀਂ ਸੀ ਇਹ ਖੇਤੀ ਕਾਨੂੰਨਾਂ ਨੂੰ। ਸਾਨੂੰ ਭੀਖ ਦਿੱਤੀ ਆ, ਸਾਡੇ ਹੱਕ ਦੀ ਗੱਲ ਸੀ। 700 ਜਾਨਾਂ ਚਲੀਆਂ ਗਈਆਂ, ਪੁਲਿਸ ਦੀਆਂ ਡਾਂਗਾਂ ਖਾਧੀਆਂ, ਸਿਰ ਪਾਟੇ। ਜਿਹੜਾ ਕੋਈ ਮੋਦੀ ਭਗਤ ਆ, ਜਿਹੜਾ ਕੋਈ ਬੀਜੇਪੀ ਭਗਤ ਆ, ਜਿਹੜਾ ਉਹਨਾਂ ਦੀ ਬੋਲੀ ਬੋਲਦਾ ਉਸੇ ਨੂੰ ਸਾਰੇ ਅਵਾਰਡ ਮਿਲਣੇ ਆ ਜਿੰਨੇ ਸਾਡੇ ਬਜ਼ੁਰਗ ਬੈਠੇ ਨੇ। ਹੁਣ ਇਹ ਮਾੜਾ ਜਿਹਾ ਕੈਮਰਾ ਘੁਮਾ ਦੇ ਬਾਈ, ਇਹਨਾਂ ਦਾ ਸਰੈਡ ਦੇਖੋ। ਕੰਗਣਾ ਰਣੌਤ ਨੇ ਸ਼ੁਰੂ ਤੋਂ ਲੈ ਕੇ ਇੱਕ ਫਿਰਕਾ ਪ੍ਰਸਤੀ ਦੀ ਜਿਹੜੀ ਉਹਨੇ ਲਹਿਰ ਚਲਾਈ। ਦੇਖੋ ਬੀਜੇਪੀ ਦਾ ਵੀ ਏਜੰਡਾ ਰਿਹਾ, ਧਰਮਾਂ ਦੇ ਨਾਂ ਤੇ ਕਿਵੇਂ ਲੜਾਉਣਾ, ਜਾਤਾਂ ਪਾਤਾਂ ਚ ਕਿਵੇਂ ਲੋਕਾਂ ਨੂੰ ਵੰਡ ਕੇ ਲੋਕਾਂ ਨੂੰ ਆਪਦੇ ਨਾਲ ਜੋੜਨਾ। ਤੁਸੀਂ ਦੇਖਿਆ ਸਿਰਪਾੜ ਦੇ ਰਹੀ ਆ ਸਰਕਾਰ ਖੱਟਰ ਉਹਨਾਂ ਦੀ, ਕਿਵੇਂ ਇੱਕ ਕਿਸਾਨ ਦੀ ਮੌਤ ਵੀ ਹੋਈ ਡਾਂਗਾਂ ਲੱਗ ਕੇ। ਪ੍ਰਸ਼ਾਸਨ ਕਹਿੰਦਾ ਸੀ 44 ਲਾਤੀ ਜੀ, ਅਸੀਂ ਤਾਂ ਚਿੜੀ ਨਹੀਂ ਫਰਕਣ ਦੇਵਾਂਗੇ, ਪਰ ਉਹਦੇ ਬਾਵਜੂਦ 2-2, 4-4 ਲੱਖ ਦਾ ਇਕੱਠ ਹੁੰਦਾ ਸੀਗਾ। ਵੱਡੇ ਬਾਦਲ ਸਾਹਿਬ ਦੀ ਗੱਲ ਕਰ ਲਓ, ਉਹ ਵੀ ਕਹਿੰਦੇ ਜੀ ਮੋਦੀ ਨੇ ਬਹੁਤ ਚੰਗਾ ਕਾਨੂੰਨ ਲੈ ਕੇ ਆਂਦਾ ਹੈ। ਬੀਬਾ ਹਰਸਿਮਰਤ ਦੇਖ ਲਓ, ਸੁਖਬੀਰ ਬਾਦਲ ਦੇਖ ਲਓ, ਸਾਰਿਆਂ ਨੇ ਇੱਕੋ ਗੱਲ ਦੇ ਉੱਤੇ ਰੱਟ ਲਾਈ ਹੋਈ ਸੀ ਲਗਾਤਾਰ ਮਹੀਨਾ। ਜਿਹੜੇ ਮੋਦੀ ਬਾਰੇ ਕਿਹਾ ਜਾਂਦਾ ਮੈਂ ਇੰਚ ਨਹੀਂ ਪਿੱਛੇ ਹਟਦਾ, ਉਹ ਬਿਲਕੁਲ ਪਿੱਛੇ ਧੱਕਦਾ। ਮੁਫਤ ਵਾਲੀ ਖੇਡ ਆ ਨਾ, ਜਿਹੜਾ ਇਹ ਲਾਲਚ ਹੈ ਚ ਨਾ ਫਸ ਗਏ। ਆਟੇ ਦਾਲ ਦੇ ਤੇ, ਬਿਜਲੀਆਂ ਦੇ ਤੀਆਂ, ਸਫ਼ਰ ਮੁਫਤ ਕਰਤਾ, ਹੈ ਨਾ, ਸਾਨੂੰ ਭਿਖਾਰੀ ਬਣਾ ਤਾ ਇਹਨਾਂ ਲੋਕਾਂ ਨੇ। ਇੱਥੇ ਗੱਲ ਕਰਦੇ ਆ ਕਿਸਾਨਾਂ ਦੀ ਤੇ 3 ਖੇਤੀ ਕਾਨੂੰਨਾਂ ਦੀ, ਜਿਨ੍ਹਾਂ ਨੇ ਜਿਹੜੇ ਕਿਸਾਨ ਸੀਗੇ ਪੰਜਾਬ ਤੋਂ, ਹਰਿਆਣੇ ਤੋਂ, ਯੂਪੀ ਤੋਂ, ਹੋਰ ਵੱਖ ਵੱਖ ਥਾਵਾਂ ਤੋਂ ਦਿੱਲੀ ਦੀ ਬਰੂਹਾਂ ਤੇ ਲਿਆ ਕੇ ਬਿਠਾ ਦਿੱਤੇ ਸੀਗੇ। ਕੱਲ ਇੱਕ ਨਿਰਣੇ ਲਿਆ ਗਿਆ ਕਿ ਜਿਹੜੇ ਖੇਤੀ ਕਾਨੂੰਨ ਨੇ ਰੱਦ ਕੀਤੇ ਜਾਣਗੇ, ਲੇਕਿਨ ਹਜੇ ਜਿਹੜੀ ਕਾਗਜ਼ ਪੱਤਰੀ ਹੈਗੀ ਹੈ ਉਹ ਤਿਆਰ ਨਹੀਂ ਹੋਈ ਹੈਗੀ, ਜਿਹੜੇ ਟਵੀਟਾਂ ਦੇ ਰਾਹੀਂ ਜ਼ਰੂਰ ਕਹਿ ਦਿੱਤਾ ਗਿਆ। ਸਾਡੇ ਨਾਲ ਮੌਜੂਦ ਨੇ ਲੱਖਾ ਸਿਦਾਨਾ ਬਾਈ ਜੀ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਤੋਂ ਪੁੱਛਾਂਗੇ ਕਿ ਜਿਹੜੀ ਚੀਜ਼ ਇਸ ਤਰੀਕੇ ਨਾਲ ਅਨਾਉਂਸ ਕੀਤੀ ਗਈ ਹੈ ਤੇ ਕਿਸਾਨ ਕਿੰਨਾ ਕੁ ਮੰਨ ਲੈਣ ਇਸ ਚੀਜ਼ ਨੂੰ। ਪਹਿਲਾਂ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ। ਸ਼ੁਕਰੀਆ ਜੀ, ਸ਼ੁਕਰੀਆ ਬਾਈ ਜੀ। ਜੇਕਰ ਅਸੀਂ ਗੱਲ ਕਰਦੇ ਹਾਂ ਜਿਸ ਤਰੀਕੇ ਨਾਲ ਕੱਲ ਅਨਾਉਂਸ ਤਾਂ ਕੀਤਾ ਗਿਆ, ਟਵੀਟ ਦੇ ਰਾਹੀਂ ਵੀ ਕਰ ਦਿੱਤਾ ਆ ਤੇ ਆਨਲਾਈਨ ਹੀ ਇੱਕ ਆਪਣੀ ਸਪੀਚ ਵੀ ਦੇ ਦਿੱਤੀ ਹੈਗੀ ਹੈ, ਕਿੰਨਾ ਕੁ ਜਿਹੜੇ ਕਿਸਾਨ ਨੇ ਇਹ ਬਿਆਨ ਨੂੰ ਮੰਨ ਲੈਣ ਤੇ ਵਾਪਸ ਪਰਤ ਜਾਣ? ਦੇਖੋ ਵਾਪਸ ਜਾਣ ਦਾ ਤਾਂ ਸਵਾਲ ਹੀ ਨਹੀਂ ਹਲੇ ਪੈਦਾ ਹੁੰਦਾ ਜਿੰਨਾ ਚਿਰ ਇਹਨੂੰ ਲੋਕ ਸਭਾ ਰਾਜ ਸਭਾ 'ਚ ਲਿਜਾ ਕੇ ਬਿਲਕੁਲ ਇਹਨੂੰ ਖਾਰਜ ਨਹੀਂ ਕਰ ਦਿੱਤਾ ਜਾਂਦਾ, ਲਿਖਤੀ ਪੜ੍ਹਤੀ ਕੋਈ ਨਹੀਂ ਆਉਂਦਾ। ਪਰ ਦੇਖੋ ਇਹ ਵੀ ਗੱਲ ਨਾਲ ਹੈਗੀ ਕਿ ਪ੍ਰਧਾਨ ਮੰਤਰੀ ਨੇ ਜੇ ਬੋਲਿਆ ਤਾਂ ਇਹ ਤਾਂ ਹੈ ਨਹੀਂ ਵੀ ਕੋਈ ਆਮ ਬੰਦੇ ਨੇ ਉੱਠ ਕੇ ਬੋਲਤਾ ਕਿਤੋਂ ਅਤੇ ਕੱਲ੍ਹ ਨੂੰ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਣੀ ਆ। ਇਹਦੇ 'ਤੇ ਵੀ ਸਾਨੂੰ 50% ਮੈਂ ਸਮਝਦਾ ਭਰੋਸਾ ਕਰਨਾ ਚਾਹੀਦਾ ਕਿ ਜੇ ਇੱਕ ਵਾਰੀ ਗੱਲ ਬੋਲੀ ਹੈ ਪ੍ਰਧਾਨ ਮੰਤਰੀ ਨੇ ਤਾਂ ਜੇ ਕੱਲ੍ਹ ਨੂੰ ਵਾਪਸ ਵੀ ਇਸ ਗੱਲ ਤੋਂ ਉਹ ਮੁੜਦੇ ਨੇ, ਪਿਛਾਹ ਹਟਦੇ ਨੇ, ਤਾਂ ਉਹਨਾਂ ਦੀ ਤੁਸੀਂ ਇਹ ਦੇਖੋ ਥੂ ਥੂ ਪੂਰੀ ਦੁਨੀਆ 'ਚ ਹੋਣੀ ਆ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਚਲੀ ਗਈ ਹੈ ਕਿ ਇਹਨਾਂ ਕਾਨੂੰਨਾਂ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਆਇਆ। ਅਤੇ ਤੀਜੀ ਗੱਲ ਜਿਹੜੀ ਇਹ ਹੈਗੀ ਹੈ ਕਿ ਇਹ ਵੀ ਆਪਾਂ ਦੇਖਿਆ ਕਿ ਪਹਿਲਾਂ ਵੀ ਇਹਨਾਂ ਨੇ ਬਥੇਰੇ ਜੁਮਲੇ ਛੱਡੇ ਨੇ, ਕਦੇ 15-15 ਲੱਖ ਰੁਪਈਆ ਆਊਗਾ, ਹੈ ਨਾ, ਤਾਂ ਉਹਦੇ ਲਈ ਵੀ ਸਾਨੂੰ ਜਿਹੜਾ ਉਸ ਤਰ੍ਹਾਂ ਦੀ ਵੀ ਗੌਰ ਕਰਨ ਦੀ ਲੋੜ ਆ ਕਿ ਪਹਿਰਾ ਦੇਣ ਦੀ ਲੋੜ ਆ। ਹਲੇ ਸਾਨੂੰ ਓਨਾ ਤਾਂ ਨਹੀਂ ਯਕੀਨ, 29 ਤੋਂ ਸੈਸ਼ਨ ਸ਼ੁਰੂ ਹੋ ਰਿਹਾ, 29 ਤੋਂ ਦੇਖੋ ਕੈਦਨਾਂ ਦੇ ਵਿੱਚ ਵਿੱਚ ਸਾਰੀ ਪ੍ਰਕਿਰਿਆ ਜਿਹੜੀ ਉਹ ਪੂਰੀ ਕਰ ਲੈਂਦੇ ਆ, ਤਾਂ ਓਨਾ ਚਿਰ ਸਾਨੂੰ ਬਾਰਡਰਾਂ 'ਤੇ ਡਟਣਾ ਪੈਣਾ ਅਤੇ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ, ਰਾਜਸਥਾਨ ਸਾਰੇ ਸੂਬੇ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਬੇਨਤੀ ਕਰਦਾ ਹਾਂ ਵੱਧ ਤੋਂ ਵੱਧ, ਕਿਉਂਕਿ 29 ਤਰੀਕ ਨੂੰ ਜਿਹੜਾ ਸੰਸਦ ਵੱਲ ਜਾਣ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਆਗੂਆਂ ਦਾ, ਤਾਂ ਉਹਦੇ 'ਤੇ ਵੀ ਸਾਨੂੰ ਖੜਨ ਦੀ ਲੋੜ ਹੈ ਵੀ ਜੇ ਕੋਈ 19-21 ਹੁੰਦੀ ਹੈ ਜਾਂ ਸੰਯੁਕਤ ਮੋਰਚਾ ਕੀ ਫੈਸਲਾ ਲੈਂਦਾ ਉਹਦੇ ਹਿਸਾਬ ਨਾਲ ਸਾਨੂੰ ਫਿਰ ਉੱਧਰ ਨੂੰ ਵਿਚਾਲੇ ਪਾਉਣੇ ਪੈਣੇ। ਇਸ ਲਈ ਵੱਧ ਤੋਂ ਵੱਧ ਜਿਹੜੀ ਗਿਣਤੀ ਆ ਉਹ ਬਾਰਡਰਾਂ 'ਤੇ ਵਧਾਓ। ਬਾਈ ਜੀ, ਜੇਕਰ ਅਸੀਂ ਗੱਲ ਕਰਦੇ ਹਾਂ ਮੋਦੀ ਸਾਹਿਬ ਦੇ ਬਿਆਨ ਦੀ, ਹਜੇ ਵੀ ਜਿਹੜਾ ਆਪਣਾ ਪੈਰ ਥੱਲੇ ਪੂਰਾ ਨਹੀਂ ਰੱਖਿਆ, ਕਿਸਾਨਾਂ ਮੋਹਰੇ ਸਿਰ ਝੁਕਾ ਤਾਂ ਲਿਆ, ਲੇਕਿਨ ਫੇਰ ਵੀ ਇਹ ਕਹਿ ਦਿੱਤਾ ਗਿਆ ਕਿ ਜਿਹੜੇ 3 ਖੇਤੀ ਕਾਨੂੰਨ ਸੀ ਸਾਡੇ ਵੱਲੋਂ ਤਾਂ ਬਹੁਤ ਚੰਗੇ ਸੀਗੇ, ਕਿਸਾਨਾਂ ਨੂੰ ਸਮਝਾ ਨਹੀਂ ਪਾਏ ਤੇ ਕੁਝ ਸਿਰਫ ਇੱਕ ਛੋਟਾ ਵਰਗ ਆ ਕਿਸਾਨਾਂ ਦਾ ਜਿਹੜਾ ਸਮਝਿਆ ਨਹੀਂ ਸੀ ਇਹ ਖੇਤੀ ਕਾਨੂੰਨਾਂ ਨੂੰ। ਇਹ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਉਹਨਾਂ ਦੇ, ਕਿ ਕੀ ਇਹ ਪੂਰਾ ਜਸਟੀਫਿਕੇਸ਼ਨ ਹੈਗੀ ਆਪਣੇ ਬਿਆਨ ਦੀ? ਦੇਖੋ ਜਦੋਂ ਬੰਦਾ ਕਿਸੇ ਮੋੜ ਤੇ ਆ ਕੇ ਹਰਦਾ ਨਾ, ਜਾਂ ਆਪਣੀਆਂ ਗੱਲਾਂ 'ਚ ਬੰਦਾ ਝੂਠਾ ਪੈਂਦਾ, ਪਰ ਕੋਈ ਨਾ ਕੋਈ ਤਾਂ ਬੰਦਾ ਬਹਾਨਾ ਕੱਢਦਾ, ਗੱਲਾਂ ਨੂੰ ਗੋਲ ਮੋਲ ਕਰਨਾ, ਘੁਮਾ ਫਿਰਾ ਕੇ ਗੱਲਾਂ ਨੂੰ ਕਰਨਾ।
ਸੋ ਸਾਰਾ ਜਿਹੜਾ ਮੋਦੀ ਦਾ ਆਇਆ ਜਿੰਨਾ ਬਿਆਨ ਆਇਆ ਉਹਦੇ ਵਿੱਚ ਸਾਰੀਆਂ ਉਹੀ ਗੱਲਾਂ ਨੇ ਕਿ ਉਹਨਾਂ ਨੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤਾਂ ਸਹੀ ਸੀ, ਅਸੀਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਜਾਂ ਕਿ ਛੋਟਾ ਵਰਗ ਛੋਟੇ ਵਰਗ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਉਹ ਇਹ ਗੱਲ ਕਰਨਾ ਚਾਹੁੰਦੇ ਪਤਾ ਨਹੀਂ ਪੰਜਾਬ ਜਾਂ ਹਰਿਆਣੇ ਦੇ ਕਿਸਾਨਾਂ ਨੂੰ ਇਹ ਸਮਝਾ ਨਹੀਂ ਸਕੇ ਤਾਂ ਕਿੱਥੋਂ ਦੇ ਕਿਸਾਨ ਖੁਸ਼ ਨੇ ਦੱਸਿਆ ਜਾਵੇ, ਹੈ ਨਾ ਵੀ ਚਲੋ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਪੁੱਛ ਲਓ ਜਿਹੜੇ ਅਸਲ ਕਿਸਾਨ ਨੇ, ਜਿਹੜੇ ਤਾਂ ਹੈ ਹੀ ਇਹਨਾਂ ਦੀਆਂ ਬਣਾਈਆਂ ਹੋਈਆਂ ਕੋਈ ਜਥੇਬੰਦੀਆਂ ਨੇ ਕਿਸਾਨ, ਉਹ ਤਾਂ ਅਲੱਗ ਗੱਲ ਹੈ, ਪਰ ਆਮ ਕਿਸਾਨ ਦੀ ਹਾਲਤ ਜੇ ਆਪਾਂ ਜਾ ਕੇ ਦੇਖਣੀ ਆ, ਬਿਹਾਰ 'ਚ ਜਾ ਕੇ ਦੇਖ ਲਓ, ਗੁਜਰਾਤ ਦੇਖ ਲਓ, ਬੰਗਾਲ ਦੇਖ ਲਓ, ਉੜੀਸਾ, ਮੱਧ ਪ੍ਰਦੇਸ਼, ਜਿੱਥੇ ਮਰਜ਼ੀ ਜਾ ਕੇ ਦੇਖੋ ਤਾਂ ਹਾਲਤ ਬਹੁਤ ਤਰਸਯੋਗ ਅਤੇ ਮਾੜੀ ਹਾਲਤ ਆ ਪੂਰੇ ਭਾਰਤ ਦੇ ਵਿੱਚ, ਚਾਹੇ ਮਜ਼ਦੂਰ ਹੋਵੇ ਅਤੇ ਚਾਹੇ ਕਿਸਾਨ ਹੋਵੇ। ਸੋ ਠੀਕ ਆ, ਉਹਨਾਂ ਨੇ ਕਰੀ ਆਪਣੀ ਗੱਲ ਨੂੰ ਇਸ ਤਰੀਕੇ ਨਾਲ ਘੁਮਾ ਫਿਰਾ ਕੇ ਰੱਖਿਆ, ਉਹ ਤਾਂ ਫਿਰ ਜੇ ਜਮਾਂ ਹੀ ਇਹ ਕਹਿੰਦੇ ਵੀ ਅਸੀਂ ਗਲਤ ਸੀ ਤਾਂ ਫਿਰ ਹੋਰ ਥੂ ਥੂ ਹੋਣੀ ਸੀ। ਹੁਣ ਉਹੀ ਉਹਨਾਂ ਦੇ ਜਿਹੜੇ ਦੇਖੋ ਉਹਨਾਂ ਦੇ ਕੋਈ ਮੰਤਰੀ ਨੇ ਜਾਂ ਉਹਨਾਂ ਦਾ ਜਿਹੜਾ ਮੀਡੀਆ ਹੈਗਾ, ਉਹਨਾਂ ਦਾ ਆਪਣਾ ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ, ਜਾਂ ਉਹਨਾਂ ਦੇ ਜਿਹੜੇ ਭਗਤ ਨੇ, ਉਹ ਇਸ ਗੱਲ ਦੇ ਉੱਤੇ ਹੁਣ ਜ਼ੋਰ ਦੇਣਾ ਸ਼ੁਰੂ ਕਰਤਾ ਵੀ ਦੇਖੋ ਜੀ ਬਹੁਤ ਵੱਡੇ ਦਿਲ ਵਾਲਾ ਪ੍ਰਧਾਨ ਮੰਤਰੀ ਹੈ, ਲੋਕਾਂ ਦੀ ਗੱਲ ਸੁਣ ਲਈ। ਪਰ ਗੱਲ ਸੁਣੀ ਕਦੋਂ ਗਈ? ਜਦੋਂ 700 ਜਾਨਾਂ ਚੱਲੀਆਂ ਗਈਆਂ, ਸਾਲ ਭਰ ਤੋਂ ਉੱਤੇ ਸਾਡੇ ਇੱਥੇ ਬਜ਼ੁਰਗਾਂ ਨੂੰ, ਮਾਵਾਂ ਨੂੰ, ਬੈਠਿਆਂ ਨੂੰ ਹੋ ਗਏ, ਪਰਚੇ ਦਰਜ ਹੋਏ, ਤਸ਼ੱਦਦ ਹੋਏ, ਪੁਲਿਸ ਦੀਆਂ ਡਾਂਗਾਂ ਖਾਧੀਆਂ, ਸਿਰ ਪਾਟੇ, ਇੰਨਾ ਮਤਲਬ ਕਿ ਨੁਕਸਾਨ ਝੱਲਣ ਦੇ ਬਾਵਜੂਦ ਵੀ ਅੱਜ ਕੋਈ ਇਹ ਨਹੀਂ ਵੀ ਸਾਨੂੰ ਕੋਈ ਉਹਨੇ ਕੋਈ ਖੈਰਾਤ ਝੋਲੀ 'ਚ ਪਾਈ ਆ, ਕੋਈ ਸਾਨੂੰ ਭੀਖ ਦਿੱਤੀ ਆ, ਸਾਡੇ ਹੱਕ ਦੀ ਗੱਲ ਸੀ। ਕੌਣ ਚਾਹੁੰਦਾ ਸੀ ਇਹ ਕਾਨੂੰਨ ਲੈ ਕੇ ਆਉਂਦੇ ਜਾਣ? ਕੋਈ ਵੀ ਨਹੀਂ ਚਾਹੁੰਦਾ, ਕੋਈ ਵੀ ਭਾਰਤ ਦਾ ਕਿਸਾਨ ਮਜ਼ਦੂਰ ਨਹੀਂ ਚਾਹੁੰਦਾ ਵੀ ਇਹ ਕਾਨੂੰਨ ਲਿਆਉਂਦੇ ਜਾਣ। ਸਿਰਫ ਇਸ ਮੁਲਕ ਦਾ ਜਿਹੜਾ ਕਾਰਪੋਰੇਟ ਆ ਉਹ ਚਾਹੁੰਦਾ ਸੀ ਵੀ ਇਹ ਕਾਨੂੰਨ ਆਉਣ ਅਤੇ ਮੈਂ ਜਿਹੜੀਆਂ ਜ਼ਮੀਨਾਂ ਹੜੱਪ ਲਗੇ ਸੀ, ਕਿਉਂਕਿ ਇਸ ਜ਼ਮੀਨਾਂ ਦੇ ਉੱਤੇ ਲੰਬੇ ਸਮੇਂ ਦੀ ਅੱਖ ਜਿਹੜੀ ਹੈਗੀ ਆ ਉਹਨਾਂ ਲੋਕਾਂ ਦੀ। ਆਪਾਂ ਦੇਖਿਆ ਕਰੋਨਾ ਦੇ ਵਿੱਚ ਸਾਰਾ ਕੁਛ ਚੌਪਟ ਹੋ ਗਿਆ, ਸਾਰੇ ਜਿੰਨੇ ਕਾਰੋਬਾਰ ਆ ਧੰਦੇ ਖਤਮ ਹੋ ਗਏ ਸੀ, ਪਰ ਇੱਕੋ ਕਾਰੋਬਾਰ ਆ ਜਾਂ ਇੱਕੋ ਜਿਹੜਾ ਹੈਗਾ ਇਹ ਧੰਦਾ ਹੈਗਾ ਖੇਤੀ ਦਾ, ਇਹ ਨਹੀਂ ਬੰਦ ਹੋਇਆ। ਇਹਦੀ ਲੋੜ ਵੀ ਆ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਤੁਸੀਂ ਦੇਖਾਂਗੇ ਆਪਾਂ ਗੱਡੀ ਬਿਨਾਂ ਰਹਿ ਸਕਦੇ ਹਾਂ, ਮੋਬਾਈਲ ਬਿਨਾਂ ਰਹਿ ਸਕਦੇ ਹਾਂ, ਕੋਈ ਲਾਈਟ ਬਿਜਲੀ ਬਿਨਾਂ ਕੋਈ ਰਹਿ ਸਕਦੇ ਹਾਂ, ਪਰ ਰੋਟੀ ਖਾਧੇ ਬਿਨਾਂ ਨਹੀਂ ਨਾ ਰਹਿ ਸਕਦੇ। ਸੋ ਪੂਰੀ ਦੁਨੀਆ ਨੂੰ ਇਹਦੀ ਜ਼ਰੂਰਤ ਆ। ਸੋ ਉਹਨਾਂ ਦੀ ਅੱਖ ਵੀ ਇਸੇ ਕਰਕੇ ਇਸ ਧੰਦੇ ਦੇ ਉੱਤੇ ਹੈ, ਇਸ ਕਾਰੋਬਾਰ ਦੇ ਉੱਤੇ ਵੀ ਖੇਤੀ ਨੂੰ ਅਸੀਂ ਕਿਵੇਂ ਹੜੱਪਣਾ। ਸੋ ਇਸ ਕਰਕੇ ਸਾਰਾ ਇਹ ਅਡੰਬਰ ਰਚਿਆ ਗਿਆ ਸੀ। ਪਰ ਲੋਕਾਂ ਨੇ ਸਲਾਮ ਆ ਉਹਨਾਂ ਲੋਕਾਂ ਨੂੰ ਕਿ ਸਿਰ ਝੁਕਦਾ ਉਹਨਾਂ ਲੋਕਾਂ ਦੇ ਅੱਗੇ ਜਿਨ੍ਹਾਂ ਨੇ ਬਹੁਤ ਮਤਲਬ ਸ਼ਿੱਦਤ ਦੇ ਨਾਲ ਇਹ ਲੜਾਈ ਲੜੀ ਆ, ਬੜੇ ਸਬਰ ਦੇ ਨਾਲ, ਬੜਾ ਕੁਛ ਚੱਲਿਆ ਸ਼ੁਰੂ ਦੇ ਵਿੱਚ, ਇਹ ਖਾਲਿਸਤਾਨੀ ਆ ਕੇ ਬੈਠ ਗਏ, ਇਹ ਪਾਕਿਸਤਾਨ ਫੰਡਿੰਗ ਕਰਦਾ, ਇਹ ਕੈਨੇਡਾ ਤੋਂ ਫੰਡਿੰਗ ਹੁੰਦੀ ਹੈ, ਇਹ ਮਾਓਵਾਦੀ ਆ ਗਏ, ਸੋ ਕਦੇ ਟੁਕੜੇ ਟੁਕੜੇ ਗਏ, ਕਦੇ ਅਰਬਨ ਨਕਸਲ, ਬੜਾ ਕੁਛ। ਬਾਈ ਜੀ, ਇੱਥੇ ਹੀ ਨਾ ਇੱਕ ਕੰਗਨਾ ਰਣਾਵਤ ਨੇ ਕੱਲ੍ਹ ਬਿਆਨ ਦਿੱਤਾ ਜਿਸ ਵਕਤ ਇਹ ਖੇਤੀ ਕਾਨੂੰਨ ਵਾਪਸ ਲਏ ਗਏ, ਉਸ ਤੋਂ ਬਾਅਦ ਮੈਂ ਖਾਸ ਕਰ ਕਹੂੰਗੀ ਪਦਮ ਸ਼੍ਰੀ ਕੰਗਨਾ ਰਣਾਵਤ ਨੇ ਇਹ ਬਿਆਨ ਦਿੱਤਾ ਕਿ ਜੇਕਰ ਇਸ ਅਜਿਹੇ ਤਰੀਕੇ ਨਾਲ ਇਹ ਜਿਹੜੇ ਬਿੱਲ ਨੇ ਖਤਮ ਹੋਣ ਲੱਗੇ, ਕਹਿੰਦੇ ਫਿਰ ਇਹ ਫਰੀਡਮ ਕਿੱਥੇ ਰਹੀ, ਇਹ ਤਾਂ ਨਕਸਲਵਾਦ ਹੋ ਗਿਆ, ਇਹ ਤਾਂ ਨਕਸਲਵਾਦੀ ਨੇ। ਦੇਖੋ, ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪਦਮ ਸ਼੍ਰੀ ਬੜਾ ਸਨਮਾਨਯੋਗ ਅਵਾਰਡ ਹੈ ਇਸ ਮੁਲਕ ਦੇ ਵਿੱਚ, ਜਿਹੜੀਆਂ ਚੰਗੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਕੋਈ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਵੱਡੇ ਯੋਗਦਾਨ ਰਹੇ ਨੇ, ਉਹਨਾਂ ਨੂੰ ਇਹ ਪਦਮ ਸ਼੍ਰੀ ਦਿੱਤਾ ਜਾਂਦਾ ਰਿਹਾ। ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਕੰਗਣਾ ਰਣੌਤ ਨੇ ਸ਼ੁਰੂ ਤੋਂ ਲੈ ਕੇ ਇੱਕ ਫਿਰਕਾ ਪ੍ਰਸਤੀ ਦੀ ਜਿਹੜੀ ਉਹਨੇ ਲਹਿਰ ਚਲਾਈ, ਇੱਕ ਉਹਦੀ ਭਾਵਨਾ ਇੱਥੋਂ ਦੇਖਣ ਨੂੰ ਮਿਲਦੀ ਹੈ ਕਿਵੇਂ ਉਹ ਇੱਕ ਫਿਰਕੇ ਨੂੰ ਜਾਂ ਦੂਜੇ ਫਿਰਕੇ ਦੇ ਖਿਲਾਫ ਜਿਹੜੀ ਨਫ਼ਰਤ ਪੈਦਾ ਕਰ ਰਹੀ ਆ, ਹੈ ਨਾ, ਉਹੋ ਜਿਹੇ ਇਨਸਾਨਾਂ ਨੂੰ ਜਾਂ ਜਿਹੜੇ ਲਗਾਤਾਰ ਗਾਲਾਂ ਕੱਢਦੇ ਆ ਦੂਜੇ ਲੋਕਾਂ ਨੂੰ, ਕਿਸਾਨਾਂ ਨੂੰ ਵੀ ਉਹਨੇ ਕੀ ਕੁਛ ਨਹੀਂ ਕਿਹਾ, ਹੈ ਨਾ, ਮਜ਼ਦੂਰਾਂ ਦੇ ਉੱਤੇ ਕਿੱਡੇ ਵੱਡੇ ਹਮਲੇ ਨੇ, ਜਾਂ ਜਾਤ ਪਾਤ ਦੇ ਉੱਤੇ ਇਸ ਮੁਲਕ ਨੂੰ ਵੰਡਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ। ਦੇਖੋ, BJP ਦਾ ਵੀ ਏਜੰਡਾ ਰਿਹਾ ਕਿ ਕਿਵੇਂ ਇਸ ਮੁਲਕ ਨੂੰ ਅਸੀਂ ਪੋਲਰਾਈਜ਼ ਕਰਨਾ, ਜਿਹੜੀ ਵੋਟ ਆ ਉਹਨੂੰ ਕਿਵੇਂ ਇਕੱਠਾ ਕਰਨਾ, ਧਰਮਾਂ ਦੇ ਨਾਂ 'ਤੇ ਕਿਵੇਂ ਲੜਾਉਣਾ, ਜਾਤਾਂ ਪਾਤਾਂ 'ਚ ਕਿਵੇਂ ਲੋਕਾਂ ਨੂੰ ਵੰਡ ਕੇ ਲੋਕਾਂ ਨੂੰ ਆਪਦੇ ਨਾਲ ਜੋੜਨਾ। ਸੋ ਉਹ ਜਿਹੜੀ ਕੰਗਣਾ ਰਣਾਵਤ ਆ, ਮੈਨੂੰ ਲੱਗਦਾ ਉਹ BJP ਦੀਆਂ ਜਿਹੜੀ ਡਲਜੀ ਆ ਉਹ ਤੋਂ ਵੀ 4 ਗੁਣਾ ਅੱਗੇ ਟੱਪੀ ਹੋਈ ਸੀ। ਸੋ ਇਹ ਜੀ ਔਰਤ ਨੂੰ ਇੱਕ ਪਦਮ ਸ਼੍ਰੀ ਦੇ ਦੇਣਾ, ਸਮਝੋ ਬਾਹਰ ਦੀਆਂ ਗੱਲਾਂ ਨੇ, ਪਰ ਇਸ 'ਚ ਹੁਣ ਹਾਲਾਤ ਹੀ ਇਹ ਬਣ ਗਏ ਵੀ ਜਿਹੜਾ ਕੋਈ ਮੋਦੀ ਭਗਤ ਆ, ਜਿਹੜਾ ਕੋਈ BJP ਭਗਤ ਆ, ਜਿਹੜਾ ਉਹਨਾਂ ਦੀ ਬੋਲੀ ਬੋਲਦਾ, ਉਹ ਉਸੇ ਨੂੰ ਸਾਰੇ ਅਵਾਰਡ ਮਿਲਣੇ ਆ। ਪਰ ਮੈਂ ਕਹਿਣਾ ਕਿ ਸਾਨੂੰ ਪਰਵਾਹ ਵੀ ਨਹੀਂ ਕਰਨੀ ਚਾਹੀਦੀ ਇਹੋ ਜਿਹੇ ਬੰਦਿਆਂ ਦੀ, ਬੜਾ ਕੁਛ ਇਹੋ ਜਿਹਾ ਚੱਲਦਾ, ਬਹੁਤ ਇਹੋ ਜਿਹੇ ਭਕਾਈ ਮਾਰਨ ਵਾਲੇ ਲੋਕ ਬਥੇਰੇ ਨੇ, ਬਥੇਰਿਆਂ ਨੇ, ਇਕੱਲੀ ਕੰਗਣਾ ਨਹੀਂ, ਹੋਰ ਬਥੇਰੇ ਆ ਨੇ ਜਿਨ੍ਹਾਂ ਨੇ ਪੂਰੇ ਸਾਲ ਦੌਰਾਨ ਬੜਾ ਕੁਛ ਇੱਥੇ ਪ੍ਰਾਪੇ ਗੰਡਾ ਕੀਤਾ, ਨਿੰਦਿਆ, ਭੰਡਿਆ, ਕੋਈ ਗੱਲ ਨਹੀਂ, ਇਹ ਚੱਲਦਾ ਰਹਿੰਦਾ। ਪਰ ਮੈਂ ਕਹਿਣਾ ਚਾਹੁੰਦਾ ਸੀ ਕਿ ਇੱਥੇ ਕਿਸੇ ਦੇ ਯੋਗਦਾਨ ਨੂੰ ਤੁਸੀਂ ਘਟਾ ਕੇ ਨਹੀਂ ਦੇਖ ਸਕਦੇ, ਯੋਗਦਾਨ ਸਭ ਤੋਂ ਵੱਡਾ ਯੋਗਦਾਨ ਤਾਂ ਸਾਡੇ ਉਹ ਪਾ ਗਏ ਜਿਹੜੇ ਚਲੇ ਗਏ 700 ਦੇ ਕਰੀਬ,
फिर इस तो अलावा इतने जिन्ने साडे बजुर्ग बैठे ने आ देखो किन्नी उम्र होनी है माड़ा जहा कैमरा घुमा दे बई आ बैठा बापू बैठा इधर कैमरा घुमाई माड़ा जहा एक बारी जरूर ये बिच लै ली इन्हों का सरड देखो 70-80 साल दियां उमरां 90-90 साल दियां उमरां साडियां मामां दियां साडियां भैणां ने योगदान पाया वह साल हो गया जिहदे विच मतलब भी एक दो बारी पिंड गए होने वह लोग लगातार गर्मी ठंड मीह नेरियां झखड़ इत्थे ही हंडाए सारा कुछ अपने पिंडे ते हंडाया तां बहुत वड्डी इह उहनां लोकां दी भी मतलब कि कुरबानी आ नाल उह लोग जिहड़े लगातार इत्थे लंगरां दा प्रबंध बाहरले मुल्कां च बैठे लोग जिहड़े लगातार उधरों इत्थों पिंडां नूं इह सुनेह दिंदे सी वी आ लो भाई असीं पैसे भेजदे आ तुसीं पवाओ तेल ट्रैक्टरां दे विच जां गड्डियां दे दिल्ली जाओ जां इत्थे लंगरां दे विच कोई कमी नहीं आउण दित्ती जां स्टेजां दे उत्ते फंड दी कोई कमी नहीं आउण दित्ती जिहड़ी भी चीज़ की लोड़ सी उहदू वध करदे रहे बाहरले मुल्कां दे विच भी रैलियां मुजाहरे अवैसियां घेरनियां सो मैं किहदे योगदान चंडीगढ़ दे विच असीं देखदे रहे हां चौंकों के साड़िया मावं भैन बजुर्ग नौजवान लगातार बिना नागा पाए तो खड़ते रहे लोगों के दे देखो ये होंदा कि एक चौंक के मान लो 10 बंदे झंडे लिए खड़े ने तो लहर का लगातार असर रहना लंघते हुए लोगों के उत्ते असर भी नहीं यार लहर खत्म नहीं हुई किसानी अंदोलन जो चल रहा वह खत्म नहीं होया उन्हों का बहुत बड़ा योगदान आ फिर इतने जग्गी बाबे अर्गे जड़ा जड़ा ज सिर पाटिया से वह पछाण ही हटिया तो एको ही गल के मैं सिर्फ अपनी पग खातर सिर पड़वा लिया सो ये जिहड़ियां पग दियां गल्लां आउंदियां ने ना जदों शाह मुहम्मद कहिंदा शाह मुहम्मद दा होना उही हो सी जो चाहुंदा खालसा पंथ मियां वी इत्थे जिहड़ी कल दा दिन चुनना गुरपुरब दा दिन चुनना ते सिक्खां नूं मैं इह नहीं कहिंदा किसे दा योगदान वध घटा के नहीं मैं देख रहा पर ज़्यादातर मैं जिहड़ी गल करदा कि शुरुआत पंजाब ने होई कीती है ते पंजाब दे वड्डी गिणती दे जिहड़े किसान ने जां मजदूर ने उह सिख ने उन्हां ने शुरुआत करती फिर हरियाणा नाल रलिया हरियाणे दा बहुत वड्डा योगदान आ हरियाणे ने किवें तुसीं देखिया सिरपाट दे रही है सरकार खट्टर उन्हां दी किवें इक किसान दी मौत भी होई डांगां लग के किवें उह अड़दे रहे ने जिवें कई थाई आपां देखिया कि खट्टर कहिंदा सीगा कि इत्थे रैली नहीं होण देणी जां प्रशासन कहिंदा सी 44 लाती जी अभी तो चिड़ी नहीं फरकन देवे पर उहदे बावजूद दो दो चार चार लख दा कट्ठ हुंदा सीगा हरियाणे तों बाद यूपी दी आपां गल करिए वड्डा योगदान यूपी का उत्तराखंड का राजस्थान का सारा का योगदान है पर असल मैं लगता कि यह जित इस मुल्क के किरती कामियां समर्पित होनी चाहिए है सारे किरती कामियां की यह जित है जिन्हां ने दिलों दुआवां कीतियां अरदासां कीतियां अंदोलन नाल चाहे घरे बैठे ही जुड़े रहे कि यार असीं इस अंदोलन परमात्मा वाहिगुरू करे कि यह अंदोलन फतेह होवे मोर्चा फतेह होवे लोग जित के अपने घरां नूं आउण भाई जी दूजे पासे एक होर बहुत वड्डा मुद्दा पंजाब वास्ते आके खड़ा है 2022 दीयां चोणां लोग इस वक्त बहुत ज्यादा सोचते ने विचारते ने कि किहड़ी पार्टी नूं वोट पाईए किस तरीके नाल वोट पाईए किहड़ा नुमाइंदा जिहड़ा हैगा आ साडी गल करेगा की लगदा आ कि जिहड़ी 2022 दीयां चोणां आ पंजाब दे जिहड़े वासी ने की सोच के पान की मद्देनजर रख के पान क्योंकि इस वक्त बहुत ज्यादा लोगों के दिमाग दे विच ए भावना ते ए जिहड़े क्वेश्चंस हैगे आ चल रहे आ तुसी हमेशा लोगों नूं सुझा दिंदे हो इहदे उत्ते की सुझा दोगे किदां वोट पान देखो असी पहले दिन तो यह गल उठती रही कि चोणां दे विच 22 दीयां चोणां आ रही ने साल हो गया आपां नूं इत्थे बैठिआं नूं तां हमेशा मेरा इक्को जवाब रहा कि पहल अंदोलन दूजा असी देखांगे 22 दीयां चोणां अंदोलन फतेह होण दे करीब करीब नेड़े है क्योंकि एक बारी प्रधानमंत्री का बयान आया उन्होंने जिहड़ी सैशन दे विच इहदी कारवाई शुरू कर देनी है तां जदों ये अंदोलन इत्थों समाप्त हुंदा मोर्चा फतेह हुंदा तां पंजाब दे विच जिन्ने साडे इत्थे किसान आगू ने किसान मोर्चे वाले ने जां कोई पंजाब दर्दी लोग ने जिहड़े लगातार पंजाब दे विच वी सरगर्म ने उन्हां नूं इकट्ठे होकर संगठन बना के चोण लड़नी चाहीदी है क्योंकि देखो जे आपां पंजाब नूं सुधारना है तो फिर उत्थे भी कुछ ना कुछ बदलाव की लोड़ आ उस विधानसभा दे विच भी वह बंदे जाने चाहिए ने जिहड़े बंदे अपने किसानां दी अपने मजदूरां दी अपने नौजवानां दी पंजाब दी पंजाबी दे भले की गल करन वाले लोग होणगे वह लोग जरूरी ने नहीं तो तुसीं देखोगे फिर आपां इत्थों दिल्ली नाल आ के पंगा लवांगे साल दो साल बैठांगे जां होर कोई मोर्चा ला लाएं कितें जाके
फिर लड़ी जावांगे, फिर मोर्चा फतेह होगा आखिर नूं। फिर जिहड़े साडे चमदियां चलाउण वाले ने, जिहड़े सानूं इत्थों तक पहुंचाउण वाले आ, हुण बादल ने की बादलां ने लगातार इस गल दे उत्ते मोदी का समर्थन करते रहे, सहयोग करते रहे कि नहीं कानून तो सही है। बड़े बादल साहब की गल कर लो, वह भी कहने जी मोदी ने बहुत चंगा कानून लैके आंदा है। बीबा हरसिमरत देख लो, सुखबीर बादल देख लो, सारे ने एको गल दे उत्ते रट लाई हुई सी लगातार महीना। फिर कहने चिट्ठी आ गई जी, अं चिट्ठी लैके आए हाँ जी, MSP नहीं खत्म होगी, आह देखो खेतीबाड़ी मंत्री की चिट्ठी आ। वह बंदे अज ड्रामा कर रहे हैं कि असी किसानों लिए इस्तीफा देता ही। देखो अस्तीफा उदों दिता जदों पता लग गया भी गल बद गई, लोग छत्र मारनगे, आपां माड़ी मोटी जिहड़ी बची खुची इज्जत आ उह बचा लो। जां कांग्रसी कैप्टन देखो, 4.5 साल BJP दे हत्थां च खेडदा रहा, अज भी खेड रहा। सानू इन्हां हालातां च पहुंचाउण वाले जां पंजाब नूं आपां देखदे आ कि इन्ने अनेरे च ढक्कण वाले, इन्ने मंझधार च पसाउण वाले लोक कौण ने? वो तो यही लोग ने। लगातार इन्हां कोल सरकारां रहियां ने, लगातार इह राज भाग भोगदे रहे ने। तो इस करके सानू लोड़ आ भी ये लोग भी पंजाब की विधानसभा चो बाहर करने बहुत जरूरी है। चंगे लोग आउणगे, किसानां दी गल उठूगी, किसानां चो आउणगे, मजदूरां दी गल उठू, मजदूरां चो आउणगे, वह बंदे आउण जिहड़े समुचे पंजाब दा भला इमानदारी नाल करनगे। सो मैं एक गल रह गया सी, मेरे नाल इधर ना अजीतपाल सिंह मड़ेर बैठे आ, वकील ने इह पेशे तों, ते जिन्ने वकील ने जदों साडे ते मुकदमे दर्ज होए तां उस समय तो लैके दिल्ली के जिन्ने वकीलों की टीम आ, जिन्हां ने साड़ी खातर जमानतां ते जोर लाया, साड़ियां जमानतां भराईयां भी साडे नाल, जदों साड़ी इन्वेस्टिगेशन मेरी चल रही सी क्राइम ब्रांच, तां लगातार साड़े नाल भी जांदे रहे। ते तुसीं होर देखो, खर्चा तां लैणा दूर की गल आ, पैसे लैणे दूर की गल आ, उन्हां ने कोई कागज़ पत्तर का खर्चा भी नहीं लिया। काज भी अपने कोलों लाए ने, जिन्ने उत्थे कोई डाकूमेंट की लोड़ सी, कागजां की लोड़ सी, सारे उन्होंने अपने कोलों खर्चा किया। सो स्पैशल धन्नवाद इन्हां दा कि इन्हां ने जाके जिहड़े साडे बेचारे नौजवान फड़े गए सी मौके ते, पुलिस भी कुटदी रही, उन्होंने दिल्ली पुलिस ने कुटिया भी, जलील भी किया, जेलां 'च भी जलील होए, उत्थे भी जाके इन्हां ने मगर इन्हां दी पैरवाई की, मगर मुलाकातां भी कीतियां, राशन भी पहुँचाया, लीड़ा कपड़ा भी पहुँचाया। सो ये असीं बहुत इस गल तों ऋणी आ। और ये वो इंसान आ, मैनू जिन्ने बारी भी दिल्ली बुलाया गया, घट्टो घट 20 वारी दिल्ली आए होवांगे क्राइम ब्रांच के दौरान, पुछगिछ दौरान, असी हर बारी ये बंदा देख लो इंसान उत्थे दा अपना चंगा एक टॉप का वकील आ, इहदा प्रोफेशन आ, इहदा किता, इहदा कारोबार आ, उत्थे केस भी लगे होंदे ने। पर जदों मैनू कहना, मैं बई यार अपनी तरीक है, आपदा कम छड के इत्थे, मैं कल बई नूं आखिया, मैं बई यार आपां जाणा दिल्ली, कहिंदा कोई गल नहीं, कहिंदा बेशक अपने केस लगे होए ने कदों, पर मैं चलूंगा नाल। सो इस तरह के समर्पित लोग ने जिहड़े, मैं गल करदा जिहड़े किसान जां मजदूरां दे फील्ड तो वक्खरे लोग ने, कोई नौकरी पेछे वाला है, कोई कारोबारी है, उन्हां लोकां ने भी साथ दित्ता। उन्हां ने भी, मैं हुण इत्थे आड़तगे बहुत, मतलब कि शुरू शुरू के बच्चे उन्होंने बहुत योगदान पाया, आउंदे भी रहे, फंड भी दिंदे रहे, व्यापारी वर्ग भी अजिहा सीगा जिहड़ा एक हिस्सा इत्थे आउंदा रहा, साडे लोकां नाल खड़दा रहा। सो इस करके मैं सब दा बहुत तहे दिलों धन्नवादी हाँ, शुक्रगुजार हाँ कि परमात्मा ने, वाहिगुरू ने, सच्चे पातशाह ने जित साडी झोली पाई है। लंबे अरसे बाद जित नसीब हुई है, दस्तक दित्ती है जित ने साडे रूहां दे उत्ते आके। तो इत्थे पर एक मैं जरूर गल कहनी चाहूँगा कि कई बारी ना असी साडी आदत जी एक बन जाती है भी यार हुण तां जित ले, हुण ठीक है, वेस ले नहीं होना, दुश्मन एक कदम पिछे हटा, चार कदम अगे बड़े तेजी नाल आऊगा और बड़े खतरनाक ते तरीके नाल हो अगे बढ़ूगा। ये असी भुल जाओ भी मोदी साढ़े फायदे लिए कानून पिछे हट गया, उहदियां मजबूरियां ने, बाई दियां चोणां आ गईयां, पंजाब च आ गईयां, यूपी च आ गईयां, बड़ा बड़ी बदनामी हो गई सरकार दी पूरी दुनिया च, सारियां गल्लां नूं देख के उहने लगदा किते ना किते कि अज अगर एक कदम पिछे लिया ते कल चोणां तों बाद चार कदम अगे फुट के भी आ सकदा मोदी। हां ये देखो ये है ही है, देखो ये तो सानू मन के चलना चाहिए भी ये जेडे बंदे ने ना, ये असल सरकार लोगों की नहीं है, सरकार है पूंजीपतियां दी, पूंजीपति लोग जिमें इशारे करनगे, जिमें चलाउणगे सरकारां ने, मोदी ने, शाह वर्गिया ने, उवें चलना। उन्होंने कल नूं कहना भी हुण ठीक है जी, लोगों ने एक बार ठाता, हुण कोई अगला होर गल लैके आओ, हो सकता भी इदू भी कोई खतरनाक कानून ले आउणा। सानू लड़न लई तैयार रहना चाहिए, ठीक है, साडा मनोबल हुण इस टाइम सिखरां ते आ, हौसला साडा बहुत वध गया लोगों का, जिहड़े मोदी बारे कहा जांदा एंच नहीं पिछे हटदा, वह बिल्कुल पिछे धक्कदा, पर
ਉਹਦੇ ਲਈ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚੁੱਪ ਕਰਕੇ ਵੇਸਲੇ ਹੋ ਕੇ ਘੋੜੇ ਵੇਚ ਕੇ ਸੌ ਜਾਈਏ ਘਰਾਂ 'ਚ ਵੀ ਨਹੀਂ ਨਹੀਂ ਜੀ ਤਾਂ ਠੀਕ ਹੋ ਗਿਆ। ਇਹ ਬਹੁਤ ਜ਼ਰੂਰੀ ਆ, ਪੂਰੇ ਚੁਕੰਨੇ ਰਹੋ, ਚੇਤੰਨ ਰਹੋ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਨਾਲ ਦੀ ਨਾਲ ਤਿਆਰ ਹੋ ਕੇ ਆਪਾਂ ਨੂੰ ਇੱਕ ਤਾਂ ਸਾਫ਼ ਹੋ ਗਿਆ ਵੀ ਮੋਦੀ ਹੋਵੇ ਜੋ ਮਰਜ਼ੀ ਹੋਵੇ ਝੁਕਾਉਣਾ ਵਾਲੀ ਕੋਈ ਵੱਡੀ ਗੱਲ ਨਹੀਂ, ਆਪਾਂ ਝੁਕਾ ਸਕਦੇ ਹਾਂ। ਜਿੱਥੇ ਆਪਣਾ ਇੱਕ ਹੈ ਆਪਣੇ ਕੋਲ ਸਬਰ ਆ, ਆਪਾਂ ਲੜ ਸਕਦੇ ਹਾਂ ਸੰਜੀਦਗੀ ਦੇ ਨਾਲ। ਅਤੇ ਅਗਲੀ ਗੱਲ ਜਿਹੜੀ ਮੈਂ ਕਰਦਾ ਕਿ ਪੰਜਾਬ ਨੂੰ ਵੀ ਹੁਣ ਨਾ ਇਸ ਜਿਹੜਾ ਫਸਲੀ ਚੱਕਰ ਆ, ਲਗਾਤਾਰ ਰਵਾਇਤੀ ਫਸਲਾਂ ਦੇ ਚੱਕਰ 'ਚ ਆਪਾਂ ਫਸੇ ਹੋਏ ਹਾਂ, ਕਣਕ ਝੋਨਾ ਉਹਦੇ ਨਾਲ ਬੜਾ ਨੁਕਸਾਨ ਪੰਜਾਬ ਦਾ, ਪਾਣੀ ਵੀ ਥੱਲੇ ਜਾ ਰਿਹਾ, ਪਾਣੀ ਗੰਧਲਾ ਵੀ ਹੋ ਰਿਹਾ, ਪਲੀਤ ਹੋ ਰਿਹਾ ਪਾਣੀ ਸਾਡੀਆਂ ਨਹਿਰਾਂ ਦਰਿਆਵਾਂ ਦਾ, ਹੇਠਲਾ ਪਾਣੀ ਵੀ ਪਲੀਤ ਹੋ ਰਿਹਾ, ਧਰਤੀ ਵੀ ਸਾਡੀ ਜਿਹੜੀ ਉਹ ਜ਼ਹਿਰੀਲੀ ਹੋ ਗਈ, ਅਸੀਂ ਜ਼ਹਿਰਾਂ ਪਾ ਪਾ ਕੇ ਜ਼ਹਿਰੀਲੀ ਕਰ ਲਈ, ਆਬੋ ਹਵਾ ਸਾਡੀ ਸਾਰੀ ਵਿਗੜ ਗਈ, ਉਹ ਫਸਲੀ ਚੱਕਰ 'ਚੋਂ ਕਿਵੇਂ ਨਿਕਲਣਾ? ਇਹ ਬਹੁਤ ਵੱਡਾ ਸਵਾਲ ਆ। ਹੁਣ ਇਹ ਕਿਸੇ ਵੀ ਜਿੰਨੀਆਂ ਸਿਆਸੀ ਧਿਰਾਂ ਹੁਣ ਪੰਜਾਬ 'ਚ ਪਰ ਤੋੜ ਰਹੀਆਂ ਨੇ ਵੀ ਅਸੀਂ ਸਰਕਾਰ ਬਣਾ ਲਈਏ 22 ਦੇ ਵਿੱਚ, ਇਹ ਏਜੰਡੇ 'ਤੇ ਨਹੀਂ ਇਹ ਮਸਲੇ, ਇਹ ਅਸਲ ਏਜੰਡੇ ਦੇ ਉੱਤੇ ਇਹ ਮਸਲਾ ਹੋਣਾ ਚਾਹੀਦਾ ਵੀ ਯਾਰ ਅਸੀਂ ਇਸ ਫਸਲੀ ਚੱਕਰ ਦੇ ਵਿੱਚੋਂ ਕੱਢ ਕੇ ਨਵਾਂ ਕੀ ਦੇ ਸਕਦੇ ਹਾਂ, ਕੀ ਅਸੀਂ ਜਿਹੜੀਆਂ ਕੋਈ ਸਬਜ਼ੀਆਂ ਨੇ, ਦਾਲਾਂ ਨੇ, ਕੋਈ ਮੱਕੀਆਂ ਨੇ, ਕੋਈ ਹੋਰ ਫਸਲਾਂ ਨੇ, ਉਹਨਾਂ ਦਾ ਮੰਡੀਕਰਨ ਹੋ ਸਕਦਾ, ਉਹਨਾਂ ਨੂੰ ਖਰੀਦਿਆ ਜਾ ਸਕਦਾ, ਅੱਗੇ ਵੇਚਿਆ ਜਾ ਸਕਦਾ, ਇਸ ਤਰ੍ਹਾਂ ਦਾ ਜਿਹੜੇ ਪੰਜਾਬ ਦੇ ਵਿੱਚ ਇਹ ਕਰਨਾ ਪੈਣਾ ਜੇ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ, ਮਜ਼ਦੂਰ ਦੀ ਹਾਲਤ ਸੁਧਰੇ। ਹੁਣ ਦੇਖੋ ਕਾਨੂੰਨ ਰੱਦ ਹੋ ਗਏ, ਇਹਦੇ ਨਾਲ ਨਾ ਤਾਂ ਕਿਸਾਨ ਖੁਦਕੁਸ਼ੀਆਂ ਰੁਕਣਗੀਆਂ, ਨਾ ਕੋਈ ਇਹ ਵੀ ਮਜ਼ਦੂਰ ਦੀ ਹਾਲਤ ਸੁਧਰ ਜੂਗੀ, ਉਹਦਾ ਵੀ ਹਾਲ ਉਹੀ ਰਹਿਣਾ ਅਤੇ ਉਹਦਾ ਵੀ ਵਿਚਾਰਦਾ ਮਜ਼ਦੂਰ ਦਾ ਹਾਲ ਵੀ ਉਹੀ ਆ, ਉਹਨੇ ਵੀ ਬਿਨਾਂ ਇਲਾਜ ਤੋਂ ਮਰਨਾ। ਇੱਥੇ ਮੁਲਕ ਇਹ ਮਤਲਬ ਕਿ ਇਹੋ ਜਿਹੇ ਹਾਲਾਤ ਪੈਦਾ ਹੋਏ ਪਏ ਨੇ। ਦੇਖਿਆ ਜਾਵੇ, ਕਿਹਾ ਜਾਵੇ ਤਾਂ ਜਿਹੜੀ ਇਹ ਜੰਗ ਆ ਇੱਥੇ ਖਤਮ ਨਹੀਂ ਹੁੰਦੀ, ਇੱਥੋਂ ਹਜੇ ਬਹੁਤ ਲੰਬੀ ਜੰਗ ਪਈ ਹੈ। ਕਿਉਂਕਿ ਜੇਕਰ ਅਸੀਂ ਨਾਰਾ ਦਿੰਦੇ ਸੀ ਖੁਸ਼ਹਾਲ ਕਿਸਾਨ ਦਾ, ਉਹ ਖੁਸ਼ਹਾਲ ਤਦੀ ਹੋਏਗਾ ਜਿਸ ਵਕਤ MSP ਵੀ ਮਿਲ ਜਾਏਗੀ, ਫਸਲਾਂ ਜਿਹੜੀਆਂ ਆ, ਡਾਇਵਰਸਿਟੀ ਦੀ ਗੱਲ ਅਸੀਂ ਕਰਦੇ ਹਾਂ ਕਿ ਵੱਖਰੀਆਂ ਵੱਖਰੀਆਂ ਫਸਲਾਂ ਉਗਾਉਣੀਆਂ ਚਾਹੀਦੀਆਂ ਨੇ, ਜਿਹੜੀ ਜ਼ਮੀਨ ਹੈਗੀ ਹੈ ਉਹਨੂੰ ਹੋਰ ਉਪਜਾਊ ਕਰਨਾ ਚਾਹੀਦਾ ਹੈਗਾ ਆ। ਬਹੁਤ ਵੱਡੀ ਜੰਗ ਹੈਗੀ ਆ ਕਿਸਾਨਾਂ ਵਾਸਤੇ ਵੀ, ਲੋਕਾਂ ਵਾਸਤੇ ਵੀ। ਕਿਹੜੇ ਕਿਹੜੇ ਹੋਰ ਉਪਰਾਲੇ ਨੇ ਜਿਹੜੇ ਸਰਕਾਰਾਂ ਨੂੰ ਵੀ ਕਰਨੇ ਚਾਹੀਦੇ ਨੇ ਅਤੇ ਲੋਕਾਂ ਨੂੰ ਵੀ ਆਪਣੇ ਪੱਧਰ 'ਤੇ ਕਰਨੇ ਚਾਹੀਦੇ ਨੇ? ਦੇਖੋ ਲੋਕਾਂ ਨੂੰ ਰਲ ਕੇ ਨਾ ਸਹਿਯੋਗ ਦੇਣ ਦੀ ਲੋੜ ਆ। ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਦਾ ਕਿ ਅਸੀਂ ਨਾ ਇਹ ਜਿਹੜੀ ਆਹ ਮੁਫਤ ਵਾਲੀ ਖੇਡ ਆ ਨਾ, ਜਿਹੜਾ ਲਾਲਚ ਹੈ 'ਚ ਨਾ ਫਸਗੇ। ਆਟੇ ਦਾਲ ਦੇ ਤੇ, ਬਿਜਲੀਆਂ ਦੇ ਤੀਆਂ, ਸਫ਼ਰ ਮੁਫਤ ਕਰਤਾ, ਹੈ ਨਾ, ਸਾਨੂੰ ਭਿਖਾਰੀ ਬਣਾਤਾ ਇਹਨਾਂ ਲੋਕਾਂ ਨੇ ਵੀ ਆਹ ਲਓ ਜੀ ਅਸੀਂ ਤੁਹਾਨੂੰ ਭੀਖ ਦਿੰਦੇ ਹਾਂ, ਵੋਟਾਂ ਵੇਲੇ ਆ ਕੇ ਦਿੰਦੇ ਨੇ। ਉਹ ਵੀ ਇੱਕ ਲਾਰੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਨੇ ਇੰਨੇ ਵਾਅਦੇ ਕਰੀ ਜਾਂਦੇ ਹੋ, ਅਸੀਂ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਆਹ ਵੀ ਮੁਫਤ, ਆਹ ਵੀ ਮੁਫਤ, ਆਊਗਾ ਕਿੱਥੋਂ? ਪੰਜਾਬ ਤਾਂ ਪਹਿਲਾਂ ਹੀ ਬਹੁਤ ਵੱਡੇ ਘਾਟੇ, 3.5 ਲੱਖ ਕਰੋੜ ਦੇ ਘਾਟੇ 'ਚ ਆ ਪੰਜਾਬ ਕਰਜ਼ੇ ਹੇਠ ਆ। ਬੋਝ ਉੱਤੋਂ ਹੋਰ ਪੰਜਾਬ ਕੋਲ ਪੈ ਰਿਹਾ। ਜਿਹੜੀ ਪੰਜਾਬ ਦੀ ਜਿੰਨੀ ਸਰਕਾਰੀ ਜਾਇਦਾਦ ਆ ਉਹ ਨਿਲਾਮ ਹੋ ਰਹੀ ਆ, ਉਹ ਵਿਕ ਰਹੀ ਹੈ, ਉਹਨੂੰ ਵੀ ਪੂੰਜੀਪਤੀ ਖਰੀਦ ਰਹੇ ਆ। ਦੇਖੋ ਮੋਟੇ ਜੀ ਤੁਹਾਨੂੰ ਮੈਂ ਗੱਲ ਦੱਸਦਾ, ਮੰਨ ਲਓ ਘਰ ਦੇ ਵਿੱਚ ਆਪਣੇ ਕੋਲ ਮਹੀਨੇ ਦੀ 100 ਰੁਪਈਆ ਆਮਦਨ ਹੈ, ਜਾਂ ਦਿਨ ਦੀ 100 ਰੁਪਈਆ ਆਮਦਨ ਹੈ, ਮਹੀਨੇ ਦੀ 3000 ਰੁਪਈਆ ਆਮਦਨ ਹੈ, ਖਰਚਾ ਆਪਾਂ ਕਰੀ ਜਾਂਦੇ ਹਾਂ ਮਹੀਨੇ ਦਾ 5000 ਜਾਂ 6000, ਤਾਂ ਘਰ ਚੱਲੂਗਾ ਕਿਵੇਂ? ਤੁਸੀਂ ਸੋਚੋ ਨਾ ਵੀ ਉਹਨੂੰ ਤੁਸੀਂ ਮਤਲਬ ਕਿ ਚਲਾਓਗੇ ਕਿਵੇਂ? ਉਹਦਾ ਫਿਰ ਹੌਲੀ ਹੌਲੀ ਤੁਹਾਡੀ ਜ਼ਮੀਨ ਵਿਕੂਗੀ, ਫਿਰ ਤੁਹਾਡਾ ਘਰ ਵਿਕੂਗਾ, ਫਿਰ ਸੜਕ 'ਤੇ ਆ ਜਾਓਗੇ। ਉਹ ਹਾਲਾਤ ਪੰਜਾਬ ਦੇ ਆ, ਉੱਧਰ ਨੂੰ ਕੋਈ ਧਿਆਨ ਨਹੀਂ ਦੇ ਰਿਹਾ। ਦੇਖੋ ਜਿੰਨਾ ਚਿਰ ਪੰਜਾਬ ਦੀ ਆਰਥਿਕ ਦਸ਼ਾ ਨਹੀਂ ਸੁਧਰੂਗੀ, ਉਨਾ ਚਿਰ ਪੰਜਾਬ ਦੇ ਕਿਸੇ ਵੀ ਬੰਦੇ ਦਾ, ਉਹ ਕਿਸਾਨ ਆ, ਉਹ ਮਜ਼ਦੂਰ ਆ, ਉਹ ਆੜ੍ਹਤੀ ਆ, ਵਪਾਰੀ ਆ, ਕੋਈ ਵਰਗ ਹੈ, ਮੁਲਾਜ਼ਮ, ਹੁਣ ਦੇਖੋ ਹੜਤਾਲਾਂ ਕਰੀ ਜਾਂਦੇ ਆ, ਤਨਖਾਹ ਉਹਨਾਂ ਨੂੰ ਵੀ ਨਹੀਂ ਮਿਲ ਰਹੀਆਂ, ਸਾਰੇ ਵਰਗਾਂ ਦਾ ਫਾਇਦਾ ਭਲਾ ਉਹਦੀ ਹੋਣਾ ਜਦੋਂ ਇਸ ਗੱਲ ਵੱਲ ਅਸੀਂ ਸੋਚਾਂਗੇ। ਇਹ ਮੈਂ ਲੋਕਾਂ ਨੂੰ ਅਪੀਲ ਕਰਦਾ, ਮਾੜੀ ਮੋਟੀ ਅਕਲ ਨੂੰ ਹੱਥ ਮਾਰੋ। ਇਹ ਮੁਫਤ ਦੀ ਖੇਡ ਦੇ ਵਿੱਚ ਤੁਸੀਂ ਆਪਣੀ ਆਉਣ ਵਾਲੀਆਂ ਨਸਲਾਂ ਦੇ ਅੱਗੇ, ਆਉਣ ਵਾਲੇ ਭਵਿੱਖ, ਆਉਣ ਵਾਲੇ ਬੱਚਿਆਂ ਦੇ ਅੱਗੇ ਬਹੁਤ ਵੱਡੇ ਡੂੰਘੇ ਟੋਏ ਪੁੱਟ ਰਹੇ ਹਾਂ, ਬਹੁਤ ਮਤਲਬ ਕਿ ਅੱਗ ਝੋਕ ਰਹੇ ਹੋ ਆਉਣ ਵਾਲੇ ਭਵਿੱਖ ਨੂੰ, ਪੰਜਾਬ ਦੇ ਨੂੰ, ਅਤੇ ਜਿਹਦੇ ਵਿੱਚੋਂ ਨਿਕਲਿਆ ਨਹੀਂ ਜਾਣਾ ਸਾਥੋਂ ਮੁੜ ਕੇ। ਸੋ ਇਹ ਗੱਲ ਦੀ ਬਹੁਤ ਸੋਚਣ ਦੀ ਲੋੜ ਆ। ਤੇ ਇਹ ਸਾਡੇ ਨਾਲ ਗੱਲਬਾਤ ਕੀਤੀ ਲੱਖਾ ਸਦਾਨਾ ਬਾਈ ਜੀ ਨੇ, ਬਹੁਤ ਵੱਡਾ ਇੱਕ ਸੰਦੇਸ਼ ਜਿਹੜਾ ਲੋਕਾਂ ਨੂੰ ਦਿੱਤਾ ਉਹ ਇਹ ਹੈਗਾ ਆ ਕਿ ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਚੋਣਾਂ ਨੇੜੇ ਆਉਂਦੀਆਂ ਨੇ ਤੇ ਲੋਕ ਜਿਹੜੇ ਨੇ ਮੁਫਤ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਹੁੰਦੀਆਂ ਉਹਦੇ ਪਿੱਛੇ ਜਾਣਾ ਸ਼ੁਰੂ ਕਰ ਦਿੰਦੇ ਨੇ ਕਿ ਤੁਹਾਨੂੰ ਇਹ ਵੀ ਫ੍ਰੀ 'ਚ ਮਿਲ ਜਾਏਗਾ, ਬਿਜਲੀ ਫ੍ਰੀ 'ਚ ਹੋ ਜਾਏਗੀ, ਪਾਣੀ ਫ੍ਰੀ 'ਚ ਹੋ ਜਾਏਗਾ। ਲੇਕਿਨ ਜਿਹੜੇ ਲੋਕ ਨੇ ਉਹ ਇਸ ਵਕਤ ਮੁਫਤ ਚੀਜ਼ਾਂ ਦੇ ਪਿੱਛੇ ਨਾ ਦੌੜਨ, ਲੇਕਿਨ ਕਿਹੜੇ ਮੁੱਦੇ ਨੇ, ਕਿਹੜੀ ਸਰਕਾਰਾਂ ਉਹਨਾਂ ਦੇ ਮੁੱਦਿਆਂ ਤੇ ਖੜਦੀਆਂ ਨੇ ਤੇ ਕਿਹੜੀ ਸਰਕਾਰ ਉਹਨਾਂ ਵਾਸਤੇ ਲੜੇਗੀ, ਇਹ ਦੇਖ ਕੇ ਚੋਣਾਂ 'ਚ ਆਪਣੀ ਵੋਟ ਜ਼ਰੂਰ ਪਾਉਣਾ ਕਿ ਜਿਹੜੇ ਚੀਜ਼ਾਂ ਮੁਫਤ ਦਿੱਤੀਆਂ ਜਾ ਰਹੀਆਂ ਉਹਨਾਂ ਵੱਲ ਜਾਣਾ ਆ ਕਿ ਜਿਹੜੇ ਤੁਹਾਡੇ ਵਾਸਤੇ ਲੌਂਗ ਟਰਮ ਲੜਨਗੇ ਉਹਨਾਂ ਵੱਲ ਜਾਣਾ ਆ। ਕੈਮਰਾਮੈਨ ਸੂਰਜ ਦੇ ਨਾਲ ਅਨੁਜਾ ਸ਼ਰਮਾ, ਦੇਸ਼ ਪ੍ਰਦੇਸ਼ TV, ਸਿੰਘੂ ਬਾਰਡਰ।